सत श्री अकाल जी, साडे आला रेडियो ते सारयां दा स्वागत है। असीं हर रोज दी तरह हाजर हां खबरां लैके। मैं हरमनप्रीत कौर ते गल्लबात करांगे सीनियर पत्रकार स्वरण सिंह टैणा जी दे नाल। इह खबरां तुहाडे तक पहुंचाउण दे लई साडा सहयोग कीता है इंडो स्पाइस वर्ल्ड ते मनीग्राम ने। टैणा सर, बहुत बहुत स्वागत है जी प्रोग्राम च। बड़ी मेहरबानी जी, तुहाडा बहुत बहुत धन्यवाद है, शुक्रिया जी। सर, सब तो पहला तो किसान अंदोलन की गल करते हैं जी। बार्डर के उपर फतेह अरदास हो गई है, भलके किसान वापसी के चाले पाउणगे? हाँ बिल्कुल जी, बार्डर के उत्ते फतेह अरदास हो गई है। कल यानी कि 11 तरीक सवेरे 9 बजे बार्डर तो किसान पंजाब नूं, हरियाणे वाले हरियाणे नूं, यूपी वाले यूपी नूं रवानगी पाउणगे। वैसे ही अज ही किसान चल पैणे सी आपो अपने सूबिआं नूं, आपो अपने पिंडां शहरां नूं, पर क्योंकि अब जनरल बिपिन रावत साहब का अर्थी सत्कार भी है शामी 4 बजे, तो इस करके किसानों ने नैतिकता तो कम ले गया। अज ढोल वाजे नचण टप्पण तो भंगड़े पाउण तो गुरेज किया। मैंने ये गल चंगी नहीं लगी है। तो कारण यह है भी एक पासे सिरे बलदे होण ते दूजे पासे भंगड़े पैंदे होण, यह गल शोभदी नहीं ते यह बड़ी सियाणप तो कम लिया है साडे किसान वीरां ने। तो लंघे कल जिहड़ी मीटिंग हुई सी किसान मोर्चे की, उसदे विच इह जिहड़ा किसान अंदोलन है इहनूं मुलतवी यानी कि सस्पेंड करन दा फैसला किया गया। इहनूं खत्म नहीं किया गया, पर खत्म शब्द नहीं वरत सकते, तां मुलतवी किया गया। किसान आगुआं ने गल कही है भी असीं महीने की हर 15 तरीक नूं, हर महीने यानी कि 15 तरीक नूं मीटिंग करिया करांगे। उस मीटिंग दे विच सरकार दे वल्लों कीते गए वादे किन्ने कु पूरे होए आ, कर रही है कि नहीं पूरे, इहदे उत्ते चर्चा करिया करांगे। जे मन लो सरकार ने 15 जनवरी तक किए हुए वादे पूरे ना किए तो फिर असी दोबारा अंदोलन शुरू कर देंगे। ये वक्ती तौर के उत्ते आरजी तौर के उत्ते असी समाप्ति कर रहे हैं, पर मन की चलो भी चलो पक्के तौर के उत्ते, क्योंकि हम अज सारे उत्ते टेंट पट्टे जा रहे हैं। इस वेले जो आप खबर की साझ पा रहे हैं, जिहड़ियां कंधा पत्तियां गड्डियां ढह रही, सारा समान है जो वो ट्रालियों के लद्दिया जा रहा है इस वेले। तो जिहड़ियां मंगां सीगियां 5-6 ਉਹ ਲਿਖਤੀ ਤੌਰ ਦੇ ਉੱਤੇ ਲੈਟਰ ਹੈਡ ਦੇ ਉੱਤੇ ਕੇਂਦਰ ਦੀ ਸਰਕਾਰ ਨੇ ਭੇਜੀਆਂ। ਉਹਦੇ ਵਿੱਚ ਪਹਿਲੀ ਇਹ ਸੀ ਵੀ ਜਿਹੜੇ ਵੀ ਕਿਸਾਨਾਂ ਦੇ ਉੱਤੇ ਪਰਚੇ ਦਰਜ ਹੈ, ਭਾਵੇਂ ਕਿਸੇ ਵੀ ਸੂਬੇ ਦੇ ਵਿੱਚ ਹੈ ਜਾਂ ਕਿਸੇ ਵੀ ਤਰ੍ਹਾਂ ਦਾ, ਭਾਵੇਂ ਸੂਬੇ ਦੀ ਪੁਲਿਸ ਨੇ ਕੀਤਾ, ਭਾਵੇਂ ਰੇਲਵੇ ਪੁਲਿਸ ਨੇ ਕੀਤਾ, ਭਾਵੇਂ ਕੇਂਦਰ ਦੀ ਕਿਸੇ ਏਜੰਸੀ ਨੇ ਕੀਤਾ, ਉਹ ਸਾਰੇ ਦੇ ਸਾਰੇ ਤੁਰੰਤ ਪ੍ਰਭਾਵ ਦੇ ਨਾਲ ਰੱਦ ਕੀਤੇ ਜਾਣਗੇ। ਦੂਜੀ ਗੱਲ ਇਹ ਸੀ ਕਿ ਉੱਤਰਾਖੰਡ, ਯੂਪੀ, ਹਰਿਆਣਾ ਅਤੇ ਬਾਕੀ ਸੂਬਿਆਂ ਦੀਆਂ ਸਰਕਾਰਾਂ ਨੇ ਅਤੇ ਨੈਤਿਕ ਤੌਰ ਦੇ ਉੱਤੇ ਸਹਿਮਤੀ ਦੇ ਦਿੱਤੀ ਹੈ ਵੀ ਅਸੀਂ ਮੁਆਵਜ਼ਾ ਦੇਵਾਂਗੇ। ਅਤੇ ਹਰਿਆਣੇ ਦੀ ਸਰਕਾਰ ਨੇ ਤਾਂ 5 ਲੱਖ ਰੁਪਈਆ ਮੁਆਵਜ਼ੇ ਦਾ ਐਲਾਨ ਵੀ ਕਰਤਾ ਜਿਹੜੇ ਕਿਸਾਨਾਂ ਦੀ ਸ਼ਹੀਦੀ ਹੋਈ ਹੈ। ਅਗਲੀ ਗੱਲ ਇਹ ਹੈ ਵੀ ਜਿਹੜੀ MSP ਦੇ ਉੱਤੇ ਕਮੇਟੀ ਬਣਨੀ ਹੈ, ਇਹਦੇ ਵਿੱਚ ਕੇਂਦਰ ਦੇ ਮੰਤਰੀ ਅਤੇ ਖੇਤੀ ਅਧਿਕਾਰੀ ਅਤੇ ਕਿਸਾਨ ਵੀ ਸ਼ਾਮਿਲ ਹੋਣਗੇ। ਅਤੇ ਇੱਕ ਹੋਰ ਗੱਲ ਸੀ ਇਹਦੇ ਵਿੱਚ ਲਿਖੀ ਹੋਈ ਕਿ ਜਿਹੜਾ ਨਾ ਬਿਜਲੀ ਸੋਧ ਐਕਟ ਆ ਰਿਹਾ ਉਹਦੇ ਬਾਬਤ 19 ਦੇਰ ਤੱਕ ਪਾਰਲੀਮੈਂਟ ਦੇ ਵਿੱਚ ਨਹੀਂ ਲਿਆਂਦਾ ਜਾਊਗਾ। ਉਹ ਜਿੰਨੀ ਦੇਰ ਤੱਕ ਸੰਯੁਕਤ ਕਿਸਾਨ ਮੋਰਚੇ ਦੇ ਆਗੂਆਂ ਦੇ ਨਾਲ ਇਸ ਮਸਲੇ ਦੇ ਉੱਤੇ ਚਰਚਾ ਨਹੀਂ ਹੁੰਦੀ। ਸੋ ਇਸ ਤਰੀਕੇ ਦੀਆਂ ਮੰਗਾਂ ਜਿਹੜੀਆਂ ਉਹ ਮੰਨੀਆਂ ਗਈਆਂ ਅਤੇ ਕੱਲ੍ਹ ਨੂੰ ਸਵੇਰੇ 9 ਵਜੇ ਕਿਸਾਨ ਰਵਾਨਗੀ ਪਾ ਲੈਣਗੇ। 13 ਤਰੀਕ ਨੂੰ ਯਾਨੀ ਕਿ 13 ਦਸੰਬਰ ਨੂੰ ਪੰਜਾਬ ਦੀਆਂ 32 ਕਿਸਾਨ ਜਥੇਬੰਦੀਆਂ ਦੇ ਆਗੂ ਦਰਬਾਰ ਸਾਹਿਬ ਦੇ ਵਿੱਚ ਨਤਮਸਤਕ ਹੋਣਗੇ। 15 ਤਰੀਕ ਨੂੰ ਪੰਜਾਬ ਦੇ ਜਿੱਥੇ ਜਿੱਥੇ ਵੀ ਇਹ ਮੋਰਚੇ ਲੱਗੇ ਸੀ, ਭਾਵੇਂ ਟੋਲ ਪਲਾਜ਼ਿਆਂ 'ਤੇ ਆ, ਭਾਵੇਂ ਉਹ ਰਿਲਾਇੰਸ ਦੇ ਪੈਟਰੋਲ ਪੰਪਾਂ ਦੇ ਮੂਹਰੇ ਆ, ਭਾਵੇਂ ਕਿਤੇ ਹੋਰ ਆ, ਉਹ ਸਾਰੇ ਦੇ ਸਾਰੇ ਚੱਕ ਲੈ ਜਾਣਗੇ। ਹੁਣ ਉਸ ਤੋਂ ਅਗਲੀ ਗੱਲ ਇੱਕ ਹੋਰ ਆ, 1.25 ਸਾਲ ਹੋ ਗਿਆ ਜਿਹੜੇ ਟੋਲ ਪਲਾਜ਼ੇ ਪੰਜਾਬ ਦੇ ਬੰਦ ਪਏ ਆ, ਜਦੋਂ ਹੁਣ ਉਹ ਚੱਕੇ ਜਾਣੇ ਆ ਤੇ ਕੱਲ੍ਹ ਤੋਂ ਹੀ ਟੋਲ ਲੱਗਣਾ ਫੇਰ ਸ਼ੁਰੂ ਹੋ ਜਾਣਾ, ਤੇ ਟੋਲ ਦੀ ਰਕਮ ਦੇ ਵਿੱਚ ਕਾਫ਼ੀ ਵਾਧਾ ਵੀ ਕਰ ਦਿੱਤਾ ਗਿਆ, ਮੈਨੂੰ ਇਹ ਵੀ ਪਤਾ ਲੱਗਾ। ਉੱਥੇ ਸਫਾਈਆਂ ਟੋਲ ਵਾਲਿਆਂ ਦੇ ਵੀ ਕਰਨੀਆਂ ਸ਼ੁਰੂ ਕਰ ਦਿੱਤੀਆਂ। ਕੱਲ੍ਹ ਨੂੰ ਜਦੋਂ ਕਿਸਾਨ ਰਵਾਨਗੀ ਪਾ ਦੇਣਗੇ ਤੇ ਨਾਲ ਦੀ ਨਾਲ ਹੀ ਜਿਹੜਾ ਜੀ ਇਹਨਾਂ ਨੇ ਆਪਣਾ ਕੰਮ ਸ਼ੁਰੂ ਕਰ ਦੇਣਾ। ਮੰਨ ਲਓ ਇੱਕ ਤੋਂ ਦੂਜੀ ਥਾਂ ਤੱਕ ਜਾਣ ਦੇ ਪਹਿਲਾਂ 80 ਰੁਪਈਏ ਲੱਗਦੇ ਸੀ, ਹੁਣ ਉਹਨਾਂ ਨੇ 125 ਰੁਪਈਆ ਕਰ ਦੇਣਾ। ਜਿੱਥੇ 125 ਲੱਗਦਾ ਸੀ ਉੱਥੇ 160-170 ਹੋ ਜਾਣੇ ਆ। ਸੋ ਇਸ ਤਰੀਕੇ ਦੇ ਪ੍ਰਬੰਧ ਉਹਨਾਂ ਨੇ ਵੀ ਕਰ ਲਏ ਆ। ਪਿਛਲੇ ਦਿਨ ਨਿਤਿਨ ਗਡਕਰੀ ਹੋਰਾਂ ਨੇ ਕਿਹਾ ਸੀ ਕਿ 2000 ਕਰੋੜ ਰੁਪਈਏ ਤੋਂ ਵੱਧ ਦਾ ਨੁਕਸਾਨ ਹੋਇਆ 3 ਸੂਬਿਆਂ ਦੇ ਵਿੱਚ, ਹਰਿਆਣਾ, ਪੰਜਾਬ ਅਤੇ ਰਾਜਸਥਾਨ ਦੇ ਵਿੱਚ ਟੋਲ ਪਲਾਜ਼ੇ ਬੰਦ ਹੋਣ ਕਰਕੇ। ਸੋ ਮੈਨੂੰ ਲੱਗਦਾ ਵੀ ਉਹ ਨੁਕਸਾਨ ਤਾਂ ਚਲੋ ਇੱਕ ਵਾਰੀ ਹੋਇਆ ਅਤੇ ਫਾਇਦਾ ਸਾਰੀ ਉਮਰ ਦਾ ਹੋ ਜਾਣਾ ਉਹਨਾਂ ਦਾ, ਕਿਉਂਕਿ ਉਹਨਾਂ ਨੇ ਜਿਹੜਾ ਹੁਣ ਇਹ ਟੋਲ ਪਲਾਜ਼ਿਆਂ ਦੇ ਵਿੱਚ ਵਾਧਾ ਕਰ ਦੇਣਾ ਰਕਮ ਦੇ ਵਿੱਚ, ਅਤੇ ਉਹਨੇ ਨਾਲ ਦੀ ਨਾਲੀ ਭਰਪਾਈ ਆਪਣੀ ਸ਼ੁਰੂ ਕਰ ਦੇਣੀ ਹੈ ਜੀ। ਬਿਲਕੁਲ, ਪਰ ਸਰ ਇਹਨਾਂ ਨੂੰ ਚੈੱਕ ਕਰਨ ਵਾਲਾ ਕੋਈ ਵੀ ਨਹੀਂ ਹੈ ਜੀ, ਇਹਨਾਂ ਦੀ ਕੋਈ ਕ੍ਰਾਈਟੀਰੀਆ, ਕੋਈ ਰੂਲਸ ਐਂਡ ਰੈਗੂਲੇਸ਼ਨਸ ਕੋਈ ਨਹੀਂ ਹੈਗੇ, ਮਰਜ਼ੀ ਨਾਲ ਹੀ ਜਿੰਨਾ ਮਰਜ਼ੀ ਵਧਾ ਸਕਦੇ ਨੇ। ਹਾਂ ਬਿਲਕੁਲ ਜੀ, ਸਹੀ ਕੋਈ ਗੱਲ ਤਾਂ ਇਹ ਹੈ ਵੀ ਦੁੱਖ ਇੱਕ ਗੱਲ ਦਾ ਵੀ ਕੇਂਦਰ ਦੀ ਸਰਕਾਰ ਦੇ ਅਧੀਨ ਹੁੰਦੇ ਆ ਸਾਰਾ ਟੋਲ ਆ ਜਿਹੜਾ ਕੰਮ,
ਭਾਵੇਂ ਉਹ ਸੂਬੇ ਦਾ ਟੋਲ ਹੋਵੇ ਤੇ ਭਾਵੇਂ ਉਹ ਸੈਂਟਰ ਦਾ ਟੋਲ ਹੋਵੇ, ਪਰ ਕੇਂਦਰ ਦੀ ਸਰਕਾਰ ਦੇ ਵੱਲੋਂ ਕਦੇ ਵੀ ਇਹ ਤਾਂ ਗੱਲ ਕਹੀ ਨੀ ਦਿੰਦੀ ਭਾਈ। ਹੁਣ ਦੇਖੋ ਮੰਨ ਲਓ ਵੀ 70 ਰੁਪਈਏ ਹੋਵੇ ਕਿਸੇ ਪਾਸੇ ਦਾ ਟੋਲ, ਮੈਂ ਅਜੇ ਤੱਕ ਇਹ ਨੀ ਵੇਖਿਆ ਵੀ ਜਦੋਂ ਇਹ ਕਹਿੰਦੇ ਹੁੰਦੇ ਤੇਲ ਦੀ ਕੀਮਤ ਆਏ ਹੋਗੀ ਜਾਂ ਫਲਾਣੀ ਚੀਜ਼ ਆਏ ਹੋਗੀ ਤੇ ਕਦੇ ਇਹ 60 ਰੁਪਈਏ ਹੋ ਗਿਆ ਹੋਵੇ 70 ਤੋਂ ਘੱਟ ਕੇ, ਜਾਂ ਆਪਾਂ ਇਹ ਕਹਿੰਦੇ ਵੀ 4 ਸਾਲ ਇਹ 70 ਹੀ ਰਹਿ ਗਿਆ, ਇਹ ਤਾਂ ਥੋੜੇ ਕੁ ਸਮੇਂ ਬਾਅਦ ਵਧਾਉਂਦੇ ਆ, ਥੋੜੇ ਕੁ ਸਮੇਂ ਬਾਅਦ ਪਤਾ ਲੱਗਦਾ ਵੀ 17 ਤੋਂ 90 ਹੋ ਗਏ, 90 ਤੇ 110 ਹੋ ਗਏ, ਸੋ ਉਹ ਵਧੀ ਜਾਂਦੇ ਆ। ਹਾਲਾਂਕਿ ਇਹ ਵੀ ਗੱਲ ਆ ਵੀ ਉੱਥੇ ਕਿਹੜਾ ਕੋਈ ਏਦਾਂ ਦੀ ਚੀਜ਼ ਹੁੰਦੀ ਵੀ ਭਾਈ ਇੱਥੇ ਤੇਲ ਮੱਚਦਾ ਵੀ ਜਿਹੜਾ ਇੱਥੇ ਕੋਈ ਨੁਕਸਾਨ ਹੋ ਰਿਹਾ ਵੀ ਉਹਦੇ ਲਈ ਜ਼ਰੂਰੀ ਆ ਇਹ ਸਾਰਾ ਕੁਝ ਵਾਧਾ ਕਰਨਾ, ਪਰ ਉਹ ਉੱਥੇ ਬਸ ਖੜੀ ਖੜੀ ਵਧਾਈ ਜਾਂਦੀ ਆ, ਉਹ ਆਪਦਾ ਹਿੱਸਾ ਵਧਾਈ ਜਾਂਦੇ ਆ, ਸੂਬੇ ਦੀ ਸਰਕਾਰ ਆਪਦਾ ਹਿੱਸਾ ਵਧਾਈ ਜਾਂਦੀ ਆ। ਸੋ ਇਸ ਕਰਕੇ ਲੋਕ ਮਾਨਸਿਕ ਤੌਰ ਦੇ ਉੱਤੇ ਪੂਰੇ ਦੇ ਪੂਰੇ ਤਿਆਰ ਬਰ ਤਿਆਰ ਰਹਿਣ ਵੀ ਭਾਈ ਹੁਣ ਸਾਡੀਆਂ ਜੇਬਾਂ ਖਾਲੀ ਹੋਣੀਆਂ, ਸਰਕਾਰ ਨੇ ਪੂਰੀ ਤੇਜ਼ ਰਫਤਾਰ ਦੇ ਨਾਲ ਆਪਦੇ ਘਾਟੇ ਵਾਧੇ ਸਾਰੇ ਪੂਰੇ ਕਰ ਲੈਣੇ ਜੀ। ਜੀ ਬਿਲਕੁਲ ਸਰ, ਉਧਰ ਡਾਕਟਰ ਦਰਸ਼ਨਪਾਲ ਹੋਰਾਂ ਦਾ ਬਿਆਨ ਸਾਹਮਣੇ ਆਇਆ, ਉਹ ਕਹਿੰਦੇ ਨੇ ਵੀ ਸਿਆਸਤ ਦੇ ਚਾਹਵਾਨ ਕਿਸਾਨ ਆਗੂ ਮੋਰਚਾ ਛੱਡ ਦੇ। ਤਾਂ ਬਿਲਕੁਲ ਜੀ, ਉਹਨਾਂ ਦੀ ਜਿਹੜੀ ਗੱਲ ਆ ਉਹ ਬੜੀ ਵੱਡੀ ਹੈ ਜਿਹੜੀ ਉਹਨਾਂ ਨੇ ਕਹੀ ਹੈ, ਕਿਉਂਕਿ ਇਹ ਗੱਲ ਇਸ ਮੌਕੇ ਦੇ ਉੱਤੇ ਕਹੀ ਗਈ ਹੈ ਜਦੋਂ ਪੰਜਾਬ ਦੇ ਬਹੁਤੇ ਕਿਸਾਨ ਆਗੂ ਆ ਜਿਹੜੇ ਉਹ ਰਾਜਨੀਤਿਕ ਸਵਾਦ ਚੱਖਣ ਦੇ ਚਾਹਵਾਨ ਹੈਗੇ ਆ। ਉਹਨਾਂ ਨੇ ਇਹ ਗੱਲ ਕਹੀ ਹੈ ਜੀ ਕਿ ਜਿਹੜਾ ਸੰਯੁਕਤ ਕਿਸਾਨ ਮੋਰਚਾ, ਇਹਦੇ ਨਾਲ ਜੁੜੇ ਕਈ ਕਿਸਾਨ ਆਗੂ ਹੋ ਸਕਦਾ, ਉਹਨਾਂ ਨੂੰ ਤਾਂ ਵੈਸੇ ਪਤਾ ਹੀ ਹੋਊਗਾ ਵੀ ਕਿਹੜੇ ਕਿਹੜੇ ਆ, ਪਰ ਉਹਨਾਂ ਨੇ ਹੋ ਸਕਦਾ ਸ਼ਬਦ ਵਰਤਿਆ। ਉਹ ਕਹਿੰਦੇ ਵੀ ਹੋ ਸਕਦਾ ਵੀ ਉਹ ਰਾਜਨੀਤਿਕ ਮਤ ਰੱਖਦੇ ਹੋਣ, ਪਰ ਸੰਯੁਕਤ ਕਿਸਾਨ ਮੋਰਚਾ ਇਹ ਬੇਨਤੀ ਕਰਦਾ ਉਹਨਾਂ ਨੂੰ ਕਿ ਜੇਕਰ ਉਹਨਾਂ ਨੇ ਰਾਜਨੀਤਿਕ ਉਡਾਰੀਆਂ ਲਾਉਣੀਆਂ ਤਾਂ ਉਹ ਮੋਰਚੇ ਨੂੰ ਛੱਡ ਦੇਣ, ਕਿਉਂਕਿ ਦੇਖੋ ਪਿਛਲੇ ਕਾਫੀ ਲੰਬੇ ਸਮੇਂ ਤੋਂ ਇਸ ਤਰੀਕੇ ਦੀਆਂ ਖ਼ਬਰਾਂ ਆ ਰਹੀਆਂ ਵੀ ਫਲਾਣੇ ਫਲਾਣੇ ਨੇਤਾ ਜਿਹੜੇ ਉਹ ਫਲਾਣੇ ਵੱਲੋਂ ਜਾ ਕੇ ਚੋਣ ਲੜ ਸਕਦੇ ਆ। ਗੁਰਨਾਮ ਸਿੰਘ ਚੜੂਨੀ ਨੇ ਤਾਂ ਸ਼ਰੇਆਮੇ ਗੱਲ ਕਹੀ ਹੈ ਵੀ ਮੈਂ ਚੋਣ ਨਹੀਂ ਲੜੂੰਗਾ, ਪਰ ਪੰਜਾਬ ਦੇ ਵਿੱਚ ਹਰ ਥਾਂ ਦੇ ਉੱਤੇ ਅਸੀਂ ਆਪਣੇ ਉਮੀਦਵਾਰ ਖੜੇ ਕਰਾਂਗੇ ਤੇ ਕੀਤੇ ਵੀ ਪ੍ਰੋਗਰਾਮਾਂ 'ਚ ਉਹਨਾਂ ਨੇ। ਸੋ ਹਾਲੇ ਮੈਨੂੰ ਲੱਗਦਾ ਵੀ 15 ਤਰੀਕ ਤੋਂ ਬਾਅਦ ਪੰਜਾਬ ਦੇ ਵਿੱਚ ਕਈ ਰਾਜਨੀਤਿਕ ਆਗੂ ਬਣ ਜਾਣਗੇ ਜਿਹੜੇ ਕਿਸਾਨ ਆਗੂ ਆ, ਕਿਉਂਕਿ ਉਹਨਾਂ ਦੇ ਉੱਤੇ ਵੱਖ ਵੱਖ ਰਾਜਨੀਤਿਕ ਪਾਰਟੀਆਂ ਦੇ ਵੱਲੋਂ ਪਿਛਲੇ ਲੰਬੇ ਸਮੇਂ ਤੋਂ ਦੌਰੇ ਪਾਏ ਵੀ ਹੋਏ ਆ ਤੇ ਹਾਲੇ ਹੋਰ ਵੀ ਪਾਏ ਜਾ ਰਹੇ ਆ। ਸੋ ਮੈਨੂੰ ਲੱਗਦਾ ਜੀ ਕਿ ਐਤਕੀ ਪੰਜਾਬ ਦੇ ਵਿੱਚ 2-3-4 ਜਿਵੇਂ ਰਵਾਇਤੀ ਪਾਰਟੀਆਂ ਹੁੰਦੀਆਂ ਮੁਕਾਬਲਾ ਕਰਨ ਦੇ ਲਈ, ਉਹ ਨਹੀਂ ਐਤਕੀ ਘੱਟੋ ਘੱਟ 7-8 ਪਾਰਟੀਆਂ ਦਰਮਿਆਨ ਮੁਕਾਬਲਾ ਹੋਊਗਾ। ਅੱਗੇ ਆਪਾਂ ਇੱਕ ਹਲਕੇ ਤੋਂ ਕਹਿੰਦੇ ਹੁੰਦੇ ਵੀ ਭਾਈ ਜਿੱਤਿਆ ਜਿਹੜਾ ਉਮੀਦਵਾਰ ਆ ਤੇ 35,000 ਵੋਟ ਦੇ ਫਰਕ ਨਾਲ ਜਿੱਤ ਗਿਆ ਤੇ 40,000 ਦੇ ਫਰਕ ਨਾਲ ਜਿੱਤ ਗਿਆ, ਮੈਨੂੰ ਇਹ ਲੱਗਦਾ ਵੀ ਐਤਕੀ ਜਿੱਤ ਦਾ ਮਾਰਜਨ ਬਹੁਤ ਘੱਟੂਗਾ। ਐਤਕੀ ਹੋ ਸਕਦਾ 2-3 ਹਜ਼ਾਰ ਦੇ ਉੱਤੇ ਬਹੁਤੇ ਉਮੀਦਵਾਰ ਜਿੱਤਣ, ਕਿਉਂਕਿ ਜਿੰਨੇ ਵੱਧ ਉਮੀਦਵਾਰ ਹੋਣਗੇ ਜਿੰਨੀਆਂ ਵੱਧ ਪਾਰਟੀਆਂ ਹੋਣਗੀਆਂ ਜਿੱਤ ਦਾ ਜਿਹੜਾ ਅੰਤਰ ਆ ਉਹ ਓਨੇ ਘੱਟ ਜਾਂਦਾ ਹੁੰਦਾ ਜੀ। ਜੀ ਬਿਲਕੁਲ, ਤੇ ਸਰ ਉਧਰ ਦੂਸਰੇ ਬੰਨੇ ਹੁਣ ਸਿਹਰਾ ਲੈਣ ਦੀ ਦੌੜ ਵੀ ਸ਼ੁਰੂ ਹੋ ਗਈ ਹੈ, ਕੋਈ ਕਹਿੰਦਾ ਕਿ ਮੇਰੇ ਕਹਿਣ ਦੇ ਉੱਪਰ ਇਹ ਸਾਰਾ ਕੁਝ ਹੋਇਆ, ਕੋਈ ਕਹਿੰਦਾ ਮੇਰੇ ਕਹਿਣ ਦੇ ਉੱਪਰ। ਕੈਪਟਨ ਅਮਰਿੰਦਰ ਸਿੰਘ ਹੋਰਾਂ ਦਾ ਵੀ ਬਿਆਨ ਸਾਹਮਣੇ ਆਇਆ, ਉਹ ਕਹਿੰਦੇ ਮੇਰੇ ਕਹਿਣ ਦਾ ਕਰਕੇ ਹੀ ਵਾਪਸ ਹੋਏ ਨੇ ਖੇਤੀ ਕਾਨੂੰਨ। ਦੇਖੋ ਆਪਾਂ ਬਹੁਤ ਵਾਰੀ ਇਹ ਗੱਲ ਕੀਤੀ ਹੈ ਸਾਡੇ ਵਾਲਾ ਰੇਡੀਓ ਦੇ ਉੱਤੇ ਕਿ ਭਾਵੇਂ ਕੋਈ ਵੀ ਸਿਹਰਾ ਲੈ ਜਾਵੇ ਪਰ ਕਿਸਾਨ ਮਸਲਾ ਹੱਲ ਹੋਣਾ ਚਾਹੀਦਾ, ਆਪਾਂ ਇਹ ਗੱਲ ਕਹਿੰਦੇ ਰਹੇ ਤੁਹਾਨੂੰ ਚੇਤੇ ਹੋਣਾ। ਕੈਪਟਨ ਅਮਰਿੰਦਰ ਸਿੰਘ ਸਿਹਰਾ ਚਾਹੁੰਦੇ ਆ ਲੈ ਜਾਣ, ਮਸਲਾ ਹੱਲ ਹੋ ਗਿਆ, ਸਿਹਰਾ ਇਸ ਕਰਕੇ ਲੈਣਾ ਚਾਹੁੰਦੇ ਸਾਰੇ ਨੇਤਾ ਵੀ ਭਾਈ ਸਾਨੂੰ ਵੋਟਾਂ ਪੈ ਜਾਣ, ਵੋਟ ਪਾਉਣੀ ਨਾ ਪਾਉਣੀ ਇਹ ਫਰਵਰੀ ਦਾ ਕੰਮ ਆ, ਫਰਵਰੀ ਮਹੀਨੇ ਦੇ ਵਿੱਚ ਲੈ ਜਾਣ ਵਾਲਾ ਫੈਸਲਾ। ਕਿਸਾਨਾਂ ਨੇ ਕਿਹਨੂੰ ਵੋਟ ਪਾਉਣੀ ਆ, ਕਿਹੜਾ ਚੰਗਾ ਲੱਗਦਾ ਕਿਹੜਾ ਮਾੜਾ ਲੱਗਦਾ, ਇਹਦੇ ਬਾਰੇ ਆਪਾਂ ਕੁਝ ਨਹੀਂ ਕਹਿੰਦੇ ਕਿ ਇਹ ਉਹਨਾਂ ਦੇ ਅਧਿਕਾਰ ਖੇਤਰ ਦੀ ਗੱਲ ਹੈ, ਪਰ ਮਸਲਾ ਹੱਲ ਹੋ ਗਿਆ ਵੱਡੀ ਗੱਲ ਇਹ ਹੈ। ਉਸ ਤੋਂ ਅਗਲੀ ਗੱਲ ਇਹ ਹੈ ਵੀ ਕੱਲ੍ਹ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਮੈਂ ਵਾਰ ਵਾਰ ਕੇਂਦਰ ਦੀ ਸਰਕਾਰ ਤੱਕ ਪਹੁੰਚ ਕੀਤੀ, ਮੰਤਰੀਆਂ ਨਾਲ ਮੁਲਾਕਾਤ ਕੀਤੀ, ਉਹਨਾਂ ਨੂੰ ਕਿਹਾ ਕਿ ਇਸ ਕਰਕੇ ਸਾਰਾ ਮਸਲਾ ਹੱਲ ਹੋਇਆ। ਉਧਰੋਂ ਚਰਨਜੀਤ ਸਿੰਘ ਚੰਨੀ ਹੋਰੀ ਕਹਿੰਦੇ ਤੁਸੀਂ ਪੰਜਾਬ ਦੇ ਵਿੱਚ ਤਾਂ ਕੁਝ ਕੀਤਾ ਨਹੀਂ, ਤੁਸੀਂ ਕੀ ਕਰਨਾ ਸੀਗਾ, ਕੁਛ ਨਹੀਂ ਹੋਇਆ ਤੁਹਾਡੇ ਕੋਲੋਂ, ਇਹ ਝੂਠ ਗੱਲ ਹੈ, ਇਹ ਤਾਂ ਕਿਸਾਨਾਂ ਦੇ ਸਿਰੜ ਦੀ ਜਿੱਤ ਹੋਈ ਆ। ਉਧਰੋਂ ਬੀਜੇਪੀ ਦੇ ਆਗੂ ਇਹ ਗੱਲ ਕਹਿੰਦੇ ਵੀ ਪ੍ਰਧਾਨ ਮੰਤਰੀ ਮੋਦੀ ਸਾਹਿਬ ਨੇ ਦੇਖਿਆ ਵੀ ਜਦੋਂ ਭਾਵੇਂ ਥੋੜੇ ਕਿਸਾਨ ਹੀ ਆ ਜਿਹੜੇ ਵਿਰੋਧ ਦੇ ਵਿੱਚ, ਪਰ ਜਿਹੜੇ ਹੈਗੇ ਆ ਉਹਨਾਂ ਦਾ ਵੀ ਸਤਿਕਾਰ ਕਰਕੇ ਅਸੀਂ ਕਾਨੂੰਨ ਵਾਪਸ ਲੈ ਲਏ, ਹੁਣ ਗੱਲ ਖਤਮ ਆ। ਉਧਰੋਂ ਅਕਾਲੀ ਦਲ ਦੇ ਆਗੂ ਕਹਿੰਦੇ ਜੀ ਕਿ ਸਾਡੇ ਕਰਕੇ ਕਾਨੂੰਨ ਵਾਪਸ ਹੋਏ ਆ, ਆਮ ਆਦਮੀ ਪਾਰਟੀ ਦੇ ਆਗੂ ਕਹਿੰਦੇ ਨਾ ਬਾਈ ਇਹ ਤਾਂ ਸਾਡੇ ਕਰਕੇ ਹੋਏ ਆ। ਸੋ ਪਾਰਟੀਆਂ ਜਿਹੜੀਆਂ ਉਹਨਾਂ ਦੇ ਆਗੂ ਇਸ ਵੇਲੇ ਚਾਹੁੰਦੇ ਜੀ ਕਿ ਅਸੀਂ ਇਸ ਮਾਮਲੇ ਦੇ ਵਿੱਚ ਜੰਗ ਜਿੱਤਣਗੇ, ਸਾਨੂੰ ਕੁਝ ਨਾ ਕੁਝ ਹਾਸਲ ਹੋ ਜਾਏ। ਗੱਲ ਫਿਰ ਉੱਥੇ ਆ ਕੇ ਮੁੱਕਦੀ ਹੈ ਕਿਹਨੂੰ ਕੀ ਮਿਲਣਾ, ਕਿਹਨੇ ਜਿੱਤਣਾ, ਕਿਹਨੇ ਹਾਰਨਾ ਚੋਣਾਂ ਦੇ ਵਿੱਚ, ਇਹਦੇ ਬਾਰੇ ਕੁਝ ਕਹਿ ਨਹੀਂ ਸਕਦੇ। ਪਰ ਕ੍ਰੈਡਿਟ ਲੈਣ ਦੀ ਦੌੜ ਆ ਜਿਹੜੀ ਉਹ ਚੱਲ ਪਈ ਹੈ, ਤੇ ਕ੍ਰੈਡਿਟ ਕਿਸੇ ਨੂੰ ਦੇਣ ਨਾ ਦੇਣ ਇਹ ਕਿਸਾਨਾਂ ਦੀ ਆਪਣੀ ਮਰਜ਼ੀ ਦੇ ਉੱਤੇ ਨਿਰਭਰ ਕਰਦੀ ਗੱਲ ਹੈ। ਸੋ ਮੈਨੂੰ ਲੱਗਦਾ ਜੀ ਕਿ ਐਤਕੀ ਪੰਜਾਬ ਦੀ ਰਾਜਨੀਤੀ ਦੇ ਵਿੱਚ ਉਹ ਕੁਝ ਹੋਊਗਾ ਜਿਹੜੇ ਕੁਝ ਦਾ ਅਸੀਂ ਕਦੇ ਕਿਆਸ ਤੱਕ ਨਹੀਂ ਕੀਤਾ ਜੀ।
जी सर, ਤੁਸੀਂ ਬਿਪਨ ਰਾਵਤ ਹੋਰਾਂ ਦਾ ਜ਼ਿਕਰ ਕੀਤਾ ਸੀ। ਬਿਪਨ ਰਾਵਤ ਹੋਰਾਂ ਦਾ ਸੰਸਕਾਰ ਹੈ ਅੱਜ, ਔਰ ਉਧਰ ਦੂਸਰੇ ਬੰਨੇ ਸ਼ਹੀਦ ਗੁਰਸੇਵਕ ਸਿੰਘ ਦੀ ਸ਼ਹਾਦਤ ਨੇ ਵੀ ਸਭ ਨੂੰ ਝੰਜੋੜ ਕੇ ਰੱਖ ਦਿੱਤਾ ਜੀ। ਹਾਂ ਬਿਲਕੁਲ ਜੀ, ਜਿਹੜੇ ਸ਼ਹੀਦ ਗੁਰਸੇਵਕ ਸਿੰਘ ਨੇ ਇਹ ਪੰਜਾਬ ਦੇ ਤਰਨਤਾਰਨ ਜ਼ਿਲ੍ਹੇ ਦੇ ਇੱਕ ਪਿੰਡ ਦੇ ਰਹਿਣ ਵਾਲੇ ਤੇ ਇਹ ਵੀ ਨਾਲ ਸੀ ਉਸ ਹੈਲੀਕਾਪਟਰ ਦੇ ਵਿੱਚ ਗੁਰਸੇਵਕ ਸਿੰਘ ਹੋਏ। ਗੁਰਸੇਵਕ ਸਿੰਘ ਬਿਪਨ ਰਾਵਤ ਦੇ ਸੁਰੱਖਿਆ ਕਰਮਚਾਰੀਆਂ ਦੇ ਵਿੱਚੋਂ ਇੱਕ ਸੀ, ਉਸ ਹੈਲੀਕਾਪਟਰ ਦੇ ਵਿੱਚ ਸਵਾਰ ਸੀ। ਤੇ ਸ਼ਹੀਦ ਗੁਰਸੇਵਕ ਸਿੰਘ ਜੇ ਪੂਰੇ ਪਿੰਡ ਦੇ ਵਿੱਚ, ਵੈਸੇ ਤਾਂ ਪੂਰੇ ਪੰਜਾਬ ਦੇ ਵਿੱਚ ਹੀ ਹੈ ਪਰ ਪਿੰਡ ਦੇ ਵਿੱਚ ਪੂਰੇ ਜ਼ਿਲ੍ਹੇ ਦੇ ਵਿੱਚ ਮਾਤਮ ਛਾਇਆ ਹੋਇਆ ਤੇ ਉਹਨਾਂ ਦੇ ਜਾਣ ਦੇ ਉੱਤੇ ਹਰ ਕੋਈ ਗਮਗੀਨ ਹੈ। ਤੇ ਜਿਸ ਤਰੀਕੇ ਦੇ ਨਾਲ ਇਸ ਹੈਲੀਕਾਪਟਰ ਹਾਦਸੇ ਦੇ ਵਿੱਚ 13 ਲੋਕਾਂ ਦੀ ਹੁਣ ਤੱਕ ਮੌਤ ਹੋਈ ਹੈ, 14 ਜਾਣੇ ਜਾਣੀ ਕਿ ਪਾਇਲਟ ਦੀ ਜ਼ਿੰਦਗੀ ਖਤਰੇ ਦੇ ਵਿੱਚ ਹੈ, ਇਹ ਪਤਾ ਨਹੀਂ ਆਉਂਦੇ ਸਮੇਂ ਦੇ ਵਿੱਚ ਕੀ ਖਬਰ ਆਵੇ, ਪਰ ਅਸੀਂ ਤਾਂ ਉਹਨੇ ਜ਼ਿੰਦਗੀ ਬਚ ਜਾਵੇ। ਸੋ ਗੁਰਸੇਵਕ ਸਿੰਘ ਦੇ ਜਾਣ ਦੇ ਉੱਤੇ ਹਰ ਕੋਈ ਗਮਗੀਨ ਹੈ। ਤੇ ਜਦੋਂ ਪਿੰਡ ਦੇ ਵਿੱਚ ਖਬਰ ਪਹੁੰਚੀ ਉਹਨਾਂ ਦੇ ਘਰੇ ਤਾਂ ਫਿਰ ਦੁੱਖਾਂ ਦਾ ਪਹਾੜ ਟੁੱਟ ਪਿਆ ਉਹਨਾਂ ਦੇ ਉੱਤੇ ਤੇ ਸਾਰੇ ਟੱਬਰ ਦੇ ਜੀ ਆ ਇਸ ਵੇਲੇ ਬਹੁਤ ਲੰਗੜੀ ਹਾਲਤ ਦੇ ਵਿੱਚ ਦੁੱਖ ਦੇ ਕਰਕੇ। ਜੀ ਬਿਲਕੁਲ ਸਰ, ਹੁਣ ਪੰਜਾਬ ਦੀ ਸਿਆਸਤ ਦੀ ਗੱਲ ਕਰਦੇ ਹਾਂ ਜੀ। ਇਸ ਵੇਲੇ ਕਿਸਾਨਾਂ ਦੇ ਮੁੱਦੇ ਦੇ ਉੱਪਰ ਪੰਜਾਬ ਦੀ ਸਿਆਸਤ ਵੀ ਗਰਮਾਈ ਹੋਈ ਹੈ, ਨਵੇਂ ਨਵੇਂ ਬਿਆਨ ਜਿਹੜੇ ਉਹ ਸਾਹਮਣੇ ਆ ਰਹੇ ਨੇ। ਉਧਰ ਭਗਵੰਤ ਮਾਨ ਹੋਰਾਂ ਦਾ ਬਿਆਨ ਵੀ ਸਾਹਮਣੇ ਆਇਆ, ਉਹ ਕਹਿੰਦੇ ਕਿਸਾਨਾਂ ਨੇ ਦੁਨੀਆਂ ਦੇ ਦਿਲ ਵੀ ਜਿੱਤ ਲਏ ਨੇ। ਹਾਂ ਬਿਲਕੁਲ ਜੀ, ਇਹਦੇ ਵਿੱਚ ਤਾਂ ਕੋਈ ਜ਼ੋਰ ਆਇਆ ਹੈ ਨਹੀਂ ਕਿ ਕਿਸਾਨਾਂ ਨੇ ਦੁਨੀਆਂ ਦੇ ਦਿਲ ਵੀ ਜਿੱਤੇ ਆ, ਇਕੱਲਾ ਅੰਦੋਲਨ ਨਹੀਂ ਜਿੱਤਿਆ ਉਹਨਾਂ ਨੇ, ਇਹ ਗੱਲ ਕਹੀ ਆ। ਉਹਨਾਂ ਨੇ ਕਿਹਾ ਜੀ ਕਿ ਕਿਸਾਨਾਂ ਦੇ ਅੰਦੋਲਨ ਦੇ ਜਿੱਤਣ ਦੇ ਕਰਕੇ ਇਹ ਗੱਲ ਸਾਫ਼ ਹੋ ਗਈ ਹੈ ਬਈ ਤਾਨਾਸ਼ਾਹੀ ਬਹੁਤਾ ਸਮਾਂ ਜਾਰੀ ਨਹੀਂ ਰਹਿ ਸਕਦੀ ਭਾਰਤ ਦੇ ਵਿੱਚ, ਤੇ ਕਿਸਾਨਾਂ ਨੇ ਜਿਹੜੇ ਸਿਰੜ ਦੇ ਨਾਲ ਇਹ ਮੁਕਾਮ ਹਾਸਲ ਕੀਤਾ ਇਹਨੂੰ ਸਲਾਮ ਅਸੀਂ ਕਰਦੇ ਹਾਂ। ਉਹਨਾਂ ਨੇ ਕਿਹਾ ਜੀ ਕਿ ਕਿਸਾਨਾਂ ਨੇ ਜੈ ਜਿੱਤ ਲਿਆ ਪੂਰੀ ਦੁਨੀਆਂ ਦੇ, ਇਹ ਆਪ ਬੈਠ ਕੇ ਸੜਕਾਂ ਦੇ ਉੱਤੇ ਜੈ ਜਿੱਤ ਗਏ ਆ। ਉਹਨਾਂ ਨੇ ਇਹ ਗੱਲ ਕਹੀ ਆ ਵੀ ਇਹ ਸਿਰੜ ਦੀ ਤੇ ਦੂਰਦਰਸ਼ੀ ਸੋਚ ਦੀ ਤੇ ਸਮੇਂ ਦੀ ਤੇ ਵਾਹਿਗੁਰੂ ਦਾ ਜਾਪ ਕਰਨ ਦੀ ਤੇ ਇਹ ਇਹੋ ਜਿਹੀ ਤਾਕਤ ਆ ਜਿਹੜੀ ਕਿ ਕਦੇ ਮਿਸਾਲ ਨਹੀਂ ਮਿਲੀ। ਉਹਨਾਂ ਨੇ ਕਿਹਾ ਜੀ ਕਿ ਸਰਕਾਰਾਂ ਆਉਂਦੇ ਸਮੇਂ ਦੇ ਵਿੱਚ ਕਾਨੂੰਨ ਬਣਾਉਣ ਤੋਂ ਪਹਿਲਾਂ 100 ਵਾਰੀ ਸੋਚਿਆ ਕਰਨਗੀਆਂ ਵੀ ਕਿਤੇ ਲੋਕ ਆਵਾਜ਼ ਸਾਡੇ ਖਿਲਾਫ ਇਸ ਰੂਪ ਦੇ ਵਿੱਚ ਨਾ ਖੜੀ ਹੋ ਜਾਵੇ। ਇਹਦੇ ਵਿੱਚ ਕੋਈ ਜ਼ੋਰ ਆਇਆ ਨਹੀਂ ਤੇ ਦੇਖੋ ਕਿਸਾਨ ਕਿਹੜਾ ਕੋਈ ਡਾਂਗਾ ਲੈ ਕੇ ਗਏ ਸੀ ਜਾਂ ਕੋਈ ਹਥਿਆਰ ਨਾਲ ਲੜਾਈ ਹੋਈ ਹੈ, ਇਹ ਤਾਂ ਜਬਰ ਦਾ ਮੁਕਾਬਲਾ ਸਬਰ ਦੇ ਨਾਲ ਹੋਇਆ। ਜਿੰਨਾ ਮੰਦਾ ਬੋਲਦੇ ਰਹੇ ਆ ਬੀਜੇਪੀ ਦੇ ਵੱਖ ਵੱਖ ਨੇਤਾ, ਉਹ ਵੀ ਮੇਰਾ ਖਿਆਲ ਹੈ ਕਿ ਇਤਿਹਾਸ ਹੀ ਸੀ ਵੀ ਆਪਣੇ ਦੇਸ਼ ਦੇ ਨਾਗਰਿਕਾਂ ਬਾਰੇ ਆਪਣੇ ਕਿਸਾਨਾਂ ਬਾਰੇ ਏਦਾਂ ਦੇ ਸ਼ਬਦ ਮੂੰਹ ਤੋਂ ਕੱਢੇ ਜਾਣ, ਪਰ ਹੌਲੀ ਹੌਲੀ ਉਹਨਾਂ ਦੇ ਸ਼ਬਦਾਂ ਦੀ ਧਾਰ ਵੀ ਮੱਕੀ ਪੈਂਦੀ ਗਈ। ਅੱਜ ਦੀ ਤਰੀਕ ਦੇ ਵਿੱਚ ਉਹ ਖਿਲਾਫ਼ ਨਹੀਂ ਬੋਲ ਰਹੇ, ਉਹ ਚੁੱਪ ਕਰ ਗਏ। ਚੰਗਾ ਵੀ ਨਹੀਂ ਕਹਿੰਦੇ ਕਿਸਾਨਾਂ ਨੂੰ, ਪਰ ਮਾੜਾ ਵੀ ਨਹੀਂ ਕਹਿ ਰਹੇ, ਭਾਵੇਂ ਚੋਣਾਂ ਦੇ ਕਰਕੇ ਨਹੀਂ ਕਹਿ ਰਹੇ, ਭਾਵੇਂ ਇਹ ਕਹਿੰਦੇ ਹੁਣ ਕਿ ਜਦੋਂ ਮੰਗ ਵੀ ਮੰਨਣੀ ਪੈ ਗਈ ਹੈ ਤੇ ਹੁਣ ਅਸੀਂ ਫਿਰ ਸਵਾਹ ਕਿਹੜੀ ਗੱਲੋਂ ਪਾਉਣੀ ਹੈ। ਸੋ ਪਰ ਗੱਲ ਇਹ ਵੀ ਕਿ ਇਹ ਬਹੁਤ ਵੱਡਾ ਅੰਦੋਲਨ ਸੀ ਜਿਹਦੇ ਵਿੱਚ ਜਿੱਤ ਵਸੀਲ ਹੋਈ ਹੈ, ਤੇ ਇਸ ਜਿੱਤ ਨੂੰ ਮੇਰਾ ਖਿਆਲ ਆ ਵੀ ਆਉਂਦੀਆਂ ਕਈ ਸਦੀਆਂ ਤੱਕ ਹਰ ਕੋਈ ਚੇਤੇ ਰੱਖੂਗਾ ਜੀ। ਜੀ ਬਿਲਕੁਲ। ਤੇ ਸਰ ਅੱਗੇ ਵੱਧਦੇ ਆ, ਉਧਰ ਸੁੱਚਾ ਸਿੰਘ ਛੋਟੇ ਪੁਰ ਅਕਾਲੀ ਦਲ ਚ ਸ਼ਾਮਿਲ ਹੋ ਗਏ ਜੀ। ਹਾਂਜੀ, ਮੈਂ ਕੱਲ ਵੀ ਗੱਲ ਕੀਤੀ ਸੀ ਕਿ ਸੁੱਚਾ ਸਿੰਘ ਛੋਟੇ ਪੁਰ ਅੱਜ ਅਕਾਲੀ ਦਲ ਦੇ ਵਿੱਚ ਸ਼ਾਮਿਲ ਹੋਣਗੇ ਤੇ ਅੱਜ ਦੀ ਖਬਰ ਹੈ ਕਿ ਉਹ ਅਕਾਲੀ ਦਲ ਦੇ ਵਿੱਚ ਸ਼ਾਮਿਲ ਹੋ ਗਏ। ਕਈ ਲੋਕ ਗੱਲ ਕਹਿੰਦੇ ਕਿ ਸੁੱਚਾ ਸਿੰਘ ਛੋਟੇ ਪੁਰ ਅਕਾਲੀ ਦਲ ਚ ਕਿਉਂ ਗਏ। ਮੈਂ ਇਹ ਗੱਲ ਕਹਿੰਦਾ ਉਹਨਾਂ ਦੀ ਨਾ ਬਹੁਤ ਗਿਣਤੀ ਸਾਡੇ ਵਰਗੇ ਜਿਹੜੇ ਲੋਕ ਆ ਉਹ ਇਹੀ ਚਾਹੁੰਦੇ ਸੀ ਕਿ ਇਹਨੂੰ ਐਂ ਕਰ ਲੈਣਾ ਚਾਹੀਦਾ, ਇਹਨੂੰ ਇੱਧਰ ਬਿਲਕੁਲ ਨਹੀਂ ਜਾਣਾ ਚਾਹੀਦਾ। ਤੇ ਅਸੀਂ ਉਹ ਲੋਕ ਆ ਜਿਹੜੇ ਗੱਲ ਕਹਿੰਦੇ ਹੁੰਦੇ ਸੀ ਵੀ ਸੁਖਪਾਲ ਸਿੰਘ ਖਹਿਰਾ ਸਾਡਾ ਨਾਇਕ ਆ ਤੇ ਇਹ ਕਿਤੇ ਪਾਰਟੀ ਬਣਾ ਲਵੇ ਤਾਂ ਬਸ ਪ੍ਰਧਾਨ ਮੰਤਰੀ ਬਣ ਜਾਣਾ, ਪਰ ਉਹਦੀ ਜ਼ਮਾਨਤ ਜ਼ਬਤ ਹੋ ਗਈ ਸੀ ਲੋਕ ਸਭਾ ਚੋਣਾਂ 'ਚ ਬੈਠਣ ਦੇ। ਸੋ ਹਰ ਬੰਦੇ ਨੇ ਆਪਣਾ ਦੇਖਣਾ ਸੂਟ, ਨਾ ਕਿ ਰਾਏ ਦੇ ਮੁਤਾਬਕ ਚੱਲਦਾ ਕੋਈ ਵੀ ਬੰਦਾ। ਸੁੱਚਾ ਸਿੰਘ ਛੋਟੇ ਪੁਰ ਆਮ ਆਦਮੀ ਪਾਰਟੀ ਵੱਲੋਂ ਜ਼ਲੀਲ ਕਰਕੇ ਕੱਢੇ ਗਏ, ਕਾਂਗਰਸ 'ਚ ਜਾਣੇ ਨਹੀਂ ਸੀ, ਬੀਜੇਪੀ 'ਚ ਜਾਣ ਦਾ ਫਾਇਦਾ ਕੋਈ ਨਹੀਂ, ਤੇ ਲੈ ਗਏ ਕਿ ਇੱਕ ਅਕਾਲੀ ਦਲ ਪਾਰਟੀ ਸੀ ਜਿੱਥੋਂ ਕਿ ਉਹ ਵਾਪਸ ਆਏ ਸੀਗੇ, ਉਹ ਅਕਾਲੀ ਦਲ ਛੱਡ ਕੇ ਆਏ ਸੀਗੇ ਆਮ ਆਦਮੀ ਪਾਰਟੀ 'ਚ, ਤਾਂ ਉੱਥੇ ਵਾਪਸ ਚਲੇ ਗਏ। ਕੱਲ ਉਹਨਾਂ ਨੇ ਸੁਖਬੀਰ ਬਾਦਲ ਨੂੰ ਫਿਰ ਅਕਾਲੀ ਦਲ 'ਚ ਸ਼ਾਮਿਲ ਕਰ ਲਿਆ। ਉਹਨਾਂ ਨੇ ਇਹ ਗੱਲ ਕਹੀ ਹੈ ਜੀ ਕਿ ਆਮ ਆਦਮੀ ਪਾਰਟੀ ਦੀ ਕਹਿਣੀ ਤੇ ਕਰਨੀ ਦੇ ਵਿੱਚ ਬਹੁਤ ਵੱਡਾ ਅੰਤਰ ਹੈ। ਉਹਨਾਂ ਨੇ ਇਹ ਗੱਲ ਕਹੀ ਹੈ ਜੀ ਕਿ ਮੈਂ ਜਾਣਦਾ ਵੀ ਮੈਨੂੰ ਕਿਵੇਂ ਜ਼ਲੀਲ ਕੀਤਾ ਗਿਆ ਸੀ, ਮੇਰੇ ਖਿਲਾਫ਼ ਸਿੰਘ ਪ੍ਰੇਸ਼ਨ ਵਾਲੀ ਗੱਲ ਕੀਤੀ ਸੀ, ਪਰ ਮੈਨੂੰ ਅੱਜ ਤੱਕ ਉਹ ਸਿੰਘ ਪ੍ਰੇਸ਼ਨ ਦੇਖਣ ਨੂੰ ਮਿਲਿਆ ਨਹੀਂ ਵੀ ਭਾਈ ਉਹ ਹੈ ਕਿੱਥੇ ਆ, ਕੀਤਾ ਕੀ ਨਹੀਂ ਆ, ਕੀ ਆ ਕੀ ਨਹੀਂ। ਤੇ ਮੈਂ ਚਾਹੁੰਦਾ ਜੀ ਕਿ ਉਹ ਸਿੰਘ ਪ੍ਰੇਸ਼ਨ ਜਾਰੀ ਕੀਤਾ ਜਾਵੇ। ਉਹਨਾਂ ਨੇ ਕਿਹਾ ਜੀ ਕਿ ਮੇਰੇ ਉੱਤੇ ਪੈਸਾ ਦੇ ਇਲਜ਼ਾਮ ਲਾਏ, ਮੈਂ ਤਾਂ ਕਦੇ ਬਾਹਰ ਗਿਆ ਹੀ ਨਹੀਂ, ਮੈਂ ਤਾਂ ਕੋਈ ਡਾਲਰ ਪਾਉਂਡ ਇਕੱਠਾ ਕੀਤਾ ਹੀ ਨਹੀਂ, ਮੈਂ ਤਾਂ ਪੰਜਾਬ ਦੇ ਲੋਕਾਂ ਤੋਂ ਇੱਕ ਇੱਕ ਪੈਸਾ ਇਕੱਠਾ ਕਰਕੇ ਤੇ 25-40 ਲੱਖ ਰੁਪਈਆ ਕੇਜਰੀਵਾਲ ਨੂੰ ਦਿੱਲੀ ਜਾ ਕੇ ਫੜਾ ਕੇ ਆਇਆ ਸੀ ਪਾਰਟੀ ਦੀ ਮਜ਼ਬੂਤੀ ਵਾਸਤੇ, ਪਰ ਉਹ ਬੰਦਾ ਕਿਸੇ ਦਾ ਸੱਚਾ ਨਹੀਂ ਗਾ, ਉਹ ਕਹਿੰਦਾ ਕੁਝ ਹੋਰ ਆ ਤੇ ਕਰਦਾ ਕੁਝ ਹੋਰ, ਅਸੀਂ ਤਾਂ ਨਾਲ ਰਹਿ ਕੇ ਵੇਖ ਲਿਆ। ਛੋਟੇ ਪੁਰ ਨੇ ਗੱਲ ਕਹੀ, ਅਸੀਂ 24 ਘੰਟੇ 'ਚ 18-18 ਘੰਟੇ ਕੰਮ ਕਰਦੇ ਰਹੇ ਹਾਂ,
ਪਰ ਉਸ ਬੰਦੇ ਤੇ ਕੋਈ ਪਰਵਾਹ ਨਹੀਂ ਸੀ, ਉਹਨੂੰ ਕੋਈ ਅਸਰ ਨਹੀਂ ਗਾ। ਤੇ ਉਹ ਭਗਵੰਤ ਦਾ ਵੀ ਸਰਕਾਰ ਨੇ ਉਹਨਾਂ ਨੇ ਇਹ ਵੀ ਗੱਲ ਕਹੀ ਹੈ। ਉਹ ਕਹਿੰਦੇ ਵੀ ਭਾਈ ਭਗਵੰਤ ਜਦੋਂ ਕੋਲੇ ਬੈਠਾ ਹੁੰਦਾ ਪ੍ਰੈਸ ਕਾਨਫਰੰਸ 'ਚ, ਤੇ ਕੇਜਰੀਵਾਲ ਕਹਿੰਦੇ ਹੁੰਦੇ ਵੀ ਸਾਨੂੰ ਇੱਕ ਅੱਛੇ ਇਨਸਾਨ ਕੋ ਸੀਐਮ ਕੈਂਡੀਡੇਟ ਬਣਾਏਗੇ, ਤੇ ਭਗਵੰਤ ਵੀ ਸੋਚਦਾ ਹੋਣਾ ਵੀ ਭਾਈ ਇਸ ਤਰ੍ਹਾਂ ਸੁਰੱਖਿਅਤ ਹੀ ਹੋਣਗੇ। ਤੇ ਉਹਨਾਂ ਨੇ ਕਿਹਾ ਜੀ ਕਿ ਅਸੀਂ ਅਕਾਲੀ ਦਲ ਦੀ ਜਿੱਤ ਦੇ ਲਈ ਪੂਰਾ ਤਾਣ ਲਾਵਾਂਗੇ। ਤੇ ਕੱਲ੍ਹ ਸੁਖਬੀਰ ਬਾਦਲ ਨੇ ਸੋਚਿਆ ਸੀ ਵੀ ਛੋਟੇਪੁਰ ਨੂੰ ਬਟਾਲਾ ਵਿਧਾਨ ਸਭਾ ਤੋਂ ਆਪਣੀ ਪਾਰਟੀ ਦਾ ਉਮੀਦਵਾਰ ਵੀ ਐਲਾਨ ਦਿੱਤਾ ਜੀ। ਤੇ ਸਰ ਉਧਰ ਦੂਸਰੇ ਬੰਨੇ ਆਮ ਆਦਮੀ ਪਾਰਟੀ ਦੇ ਵਿਧਾਇਕ ਮਾਸਟਰ ਬਲਦੇਵ ਸਿੰਘ ਹੋਰਾਂ ਨੇ ਵੀ ਅਸਤੀਫਾ ਦੇ ਦਿੱਤਾ। ਕੁਝ ਦਿਨ ਪਹਿਲਾਂ ਦੀ ਗੱਲ ਹੈ ਜਦੋਂ ਕੇਜਰੀਵਾਲ ਸਾਹਿਬ ਇਹ ਗੱਲ ਕਹਿੰਦੇ ਸੀ ਕਿ ਹਮਾਰੇ ਸੰਪਰਕ ਨੇ ਕਾਂਗਰਸ ਕੇ 25 ਵਿਧਾਇਕ ਹੈ, ਅਗਰ ਹਮ ਚਾਹੇਂ ਤੋ ਸ਼ਾਮ ਤੱਕ 25 ਕੋ ਆਪਣੀ ਪਾਰਟੀ ਮੇਂ ਲੈ ਸਕਤੇ ਹੈ, ਮਗਰ ਹਮ ਗੰਦੀ ਪੋਲੀਟਿਕਸ ਨਹੀਂ ਕਰਨੇ ਆਏ, ਹਮ ਉਨਕਾ ਕਚਰਾ ਨਹੀਂ ਉਠਾਣੇ ਆਏ। ਉਦੋਂ ਕੇਜਰੀਵਾਲ ਸਾਹਿਬ ਕਹਿੰਦੇ ਵੀ ਸਾਡੇ ਸੰਪਰਕ ਦੇ ਵਿੱਚ 25 ਜਾਣੇ ਅਸੀਂ ਲਿਆ ਸਕਦੇ ਹਾਂ, ਤੇ ਹੁਣ ਜਿਹੜੇ ਆਪਦੇ ਇੱਕੜ ਦੁੱਕੜ ਉਹ ਵੀ ਉਸੇ ਕਾਂਗਰਸ ਦੇ ਵਿੱਚ ਉਸੇ ਕਚਰੇ ਚੋਣੀ ਜਾਂਦੇ ਆ, ਕਿਸੇ ਨਾ ਕਿਸੇ ਦਾ ਕੋਈ ਨੁਕਸ ਹੈ। ਦੇਖੋ ਜੇ ਕੇਜਰੀਵਾਲ ਹੁਣ ਕੋਈ ਗੱਲ ਕਹੀ ਜਾਣ ਕਿ ਹਮਾਰੇ ਮੇਂ ਤੋਂ ਕੋਈ ਨੁਕਸ ਨਹੀਂ, ਤਾਂ ਫਿਰ ਇਹ ਜਾਂਦੇ ਕਿਉਂ ਆ? ਇੱਕ ਜਣਾ ਚਲਾ ਗਿਆ, ਦੋ ਜਣੇ ਚਲੇ ਗਏ, ਤਿੰਨ ਜਣੇ ਚਲੇ ਗਏ, ਸਾਰੇ ਹੀ ਜਾਈ ਜਾਂਦੇ ਲੜੀਵਾਰ, ਕਿਤੇ ਨਾ ਕਿਤੇ ਨੁਕਸ ਤਾਂ ਆਪਣੇ ਵਿੱਚ ਹੈ ਨਾ, ਜਿਹਦੇ ਕਰਕੇ ਆਪਣੇ ਨਾਲ ਕੋਈ ਖੜਦਾ ਨਹੀਂ ਗਾ ਤੇ ਬੰਦਾ ਮੰਨਦਾ ਨਹੀਂ ਹੁੰਦਾ ਵੀ ਮੇਰੇ ਵਿੱਚ ਨੁਕਸ ਹੈ ਕਿੱਥੇ, ਜਾਂ ਤਾਂ ਉਹਨੂੰ ਪਤਾ ਹੀ ਨਹੀਂ ਲੱਗਦਾ ਮੇਰੇ ਚ ਹੈ ਕਿੱਥੇ, ਜਾਂ ਫਿਰ ਬੰਦਾ ਮੰਨਦਾ ਹੀ ਨਹੀਂ ਹੁੰਦਾ ਗਾ। ਜਿਹਦੀ ਗੱਲ ਇਹ ਆ ਵੀ ਕੇਜਰੀਵਾਲ ਸਾਹਿਬ ਆ ਜਿਹੜੇ ਉਹਨਾਂ ਨੂੰ ਅਸਤੀਫਾ ਜਿਹੜਾ ਲਿਖ ਕੇ ਦੇ ਦਿੱਤਾ ਮਾਸਟਰ ਬਲਦੇਵ ਸਿੰਘ ਸਾਡੇ ਫਰੀਦਕੋਟ ਜ਼ਿਲ੍ਹੇ ਦੇ ਹਲਕਾ ਜੈਤੋ ਤੋਂ ਵਿਧਾਇਕ ਆਮ ਆਦਮੀ ਪਾਰਟੀ ਦੇ ਆ, ਤੇ ਜਿਹੜੇ ਮਾਸਟਰ ਬਲਦੇਵ ਸਿੰਘ ਆ ਇਹਨਾਂ ਨੇ ਕੇਜਰੀਵਾਲ ਨੂੰ ਤੇ ਭਗਵੰਤ ਮਾਨ ਨੂੰ ਸੰਬੋਧਨ ਹੋ ਕੇ ਤੇ ਅਸਤੀਫਾ ਲਿਖਿਆ 5 ਲਾਈਨਾਂ ਦਾ ਤੇ ਕੁਝ ਨਿੱਜੀ ਕਾਰਨਾਂ ਦੇ ਕਰਕੇ ਮੈਂ ਆਮ ਆਦਮੀ ਪਾਰਟੀ ਦੀ ਮੁੱਢਲੀ ਮੈਂਬਰਸ਼ਿਪ ਤੋਂ ਅਸਤੀਫਾ ਦੇ ਰਿਹਾ ਤੇ ਸਾਰੇ ਅਹੁਦੇ ਵੀ ਮੈਂ ਛੱਡ ਰਿਹਾ ਤੇ ਕਿਰਪਾ ਕਰਕੇ ਮੇਰਾ ਅਸਤੀਫਾ ਤੁਰੰਤ ਮਨਜ਼ੂਰ ਕੀਤਾ ਜਾਵੇ। ਹੋ ਵੀ ਜਾਊਗਾ ਉਹ ਮੇਰਾ ਖਿਆਲ ਵੀ ਕਾਂਗਰਸ ਦੇ ਵਿੱਚ ਜਾਣਗੇ ਮੇਰਾ ਖਿਆਲ ਆ। ਉਸ ਤੋਂ ਬੜੀ ਮਹੱਤਵਪੂਰਨ ਗੱਲ ਇੱਕ ਹੋਰ ਆ ਵੀ ਇਹ ਉਹੀ ਮਾਸਟਰ ਬਲਦੇਵ ਸਿੰਘ ਆ ਜਿਹੜੇ ਕਿ ਬਗਾਵਤ ਜਦੋਂ ਹੋਈ ਸੀ ਸੁਖਪਾਲ ਸਿੰਘ ਖਹਿਰੇ ਨਾਲ ਚਲੇ ਗਏ ਸੀਗੇ, ਖਹਿਰੇ ਨੇ ਬਣਾਈ ਸੀ ਪਾਰਟੀ, ਉਹਨੇ ਉਸ ਪਾਰਟੀ ਦੇ ਵੱਲੋਂ 20 ਤੋਂ 19 ਦੀ ਲੋਕ ਸਭਾ ਚੋਣ ਲੜੀ ਸੀਗੀ ਬਠਿੰਡਿਓ, ਤੇ ਇਹਨਾਂ ਨੇ ਲੜੀ ਸੀ ਮਾਸਟਰ ਬਲਦੇਵ ਸਿੰਘ ਨੇ ਫਰੀਦਕੋਟ ਤੋਂ ਲੋਕ ਸਭਾ ਦੀ, ਪਰ ਬਣਿਆ ਕੁਝ ਨਹੀਂ ਸੀਗਾ। ਸੋ ਮਾਸਟਰ ਬਲਦੇਵ ਸਿੰਘ ਦਾ ਤੁਰ ਜਾਣਾ ਤੇ ਉਸ ਵੇਲੇ ਤੁਰ ਜਾਣਾ ਪਹਿਲਾਂ ਰੁਪਿੰਦਰ ਕੌਰ ਰੂਬੀ ਫਿਰ ਜਗਤਾਰ ਸਿੰਘ ਹਿੱਸੋਵਾਲ ਹੁਣ ਵਾਰੀ ਇਹਨਾਂ ਦੀ, ਹਾਲੇ ਮੈਨੂੰ ਪਤਾ ਲੱਗਾ ਵੀ 2-3 ਹੋਰ ਇਹੋ ਜਿਹੇ ਬੰਦੇ ਆ ਜਿਹੜੇ ਕਿ ਵੱਖ ਵੱਖ ਪਾਰਟੀਆਂ ਦੇ ਵਿੱਚ ਜਾਣ ਦੇ ਇੱਛੁਕ ਹੈਗੇ ਜੀ। ਜੀ ਸੋ ਖਤਰਾ ਕਾਫੀ ਵੱਡਾ ਆਮ ਆਦਮੀ ਪਾਰਟੀ ਦੇ ਲਈ, ਪਰ ਜੇ ਉਹ ਮੰਨਣ ਤਾਂ। ਖੈਰ ਅੱਗੇ ਵੱਧਦੇ ਹਾਂ ਜੀ, ਇਸ ਵੇਲੇ ਮਜੀਠੀਆ ਹੋਰਾਂ ਦੇ ਨਾਂ ਦੇ ਉੱਪਰ ਕਾਫੀ ਜ਼ਿਆਦਾ ਸਿਆਸਤ ਗਰਮਾਈ ਹੋਈ ਹੈ। ਉਧਰ ਵਿਕਰਮ ਮਜੀਠੀਆ ਹੋਰਾਂ ਦਾ ਬਿਆਨ ਸਾਹਮਣੇ ਆਇਆ, ਉਹ ਕਹਿੰਦੇ ਕਿ ਜੇਕਰ ਮੇਰੇ ਖਿਲਾਫ ਦੋਸ਼ ਸਾਬਤ ਹੁੰਦੇ ਨੇ ਤਾਂ ਮੈਂ ਸਿਆਸਤ ਛੱਡ ਦਿਆਂਗਾ। ਹਾਂ ਬਿਲਕੁਲ ਜੀ, ਵਿਕਰਮ ਸਿੰਘ ਮਜੀਠੀਆ ਨੇ ਗੱਲ ਕਹੀ ਹੈ ਕਿ ਮੇਰੇ ਉੱਤੇ ਦੋਸ਼ ਲੱਗਦੇ ਆ ਕਿ ਭਾਈ ਮੈਂ ਨਸ਼ੇ ਦਾ ਕੰਮ ਕਰਦਾ, ਮੈਂ ਉਹ ਕੰਮ ਕਰਦਾ, ਮੈਂ ਆਹ ਕੰਮ ਕਰਦਾ, ਪਰ ਅੱਜ ਤੱਕ ਕਿਸੇ ਨੇ ਵੀ ਸਬੂਤ ਨਹੀਂ ਦਿੱਤੇ ਕਿ ਭਾਈ ਤੂੰ ਆਹ ਜਿਹੜਾ ਕੰਮ ਕਰਦਾ ਸਾਡੇ ਕੋਲ ਸਬੂਤ ਹੈਗੇ ਆ। ਕਦੇ ਕਿਸੇ ਅਦਾਲਤ ਨੇ ਕਾਰਵਾਈ ਨਹੀਂ ਕੀਤੀ ਵੀ ਭਾਈ ਤੇਰੇ ਖਿਲਾਫ਼ ਸਬੂਤ ਆ, ਆਹ ਕਾਰਵਾਈ ਹੈ, ਕਦੇ ਕੋਈ ਪਰਚਾ ਨਹੀਂ ਦਰਜ ਹੋਇਆ। ਉਹਨਾਂ ਨੇ ਕਿਹਾ ਵੀ ਕੁਝ ਕੁ ਲੋਕ ਸਿਆਸੀ ਰਾਹ ਲੈਣ ਦੇ ਲਈ ਮੈਨੂੰ ਬਦਨਾਮ ਕਰਦੇ ਆ, ਪਰ ਮੈਂ ਇਹਨਾਂ ਗੱਲਾਂ ਦੀ ਪਰਵਾਹ ਨਹੀਂ ਕਰਦਾ। ਉਹਨਾਂ ਨੇ ਇਹ ਗੱਲ ਕਹੀ ਹੈ ਕਿ ਜੇਕਰ ਮੇਰੇ ਖਿਲਾਫ਼ ਕੋਈ ਦੋਸ਼ ਸਾਬਤ ਹੋ ਜਾਵੇ ਡਰੱਗ ਦਾ ਤਾਂ ਮੈਂ ਸਾਰੀ ਉਮਰ ਦੇ ਲਈ ਸਿਆਸਤ ਨੂੰ ਅਲਵਿਦਾ ਕਹਿ ਦੂੰਗਾ। ਉਹਨਾਂ ਨੇ ਕਿਹਾ ਵੀ ਸਿਆਸਤ ਦੇ ਵਿੱਚ ਇਵੇਂ ਬੋਲੀ ਜਾਣਾ ਕਿ ਤਾਂ ਐਂ ਕਰਦਾ ਹੈ, ਉਹ ਤਾਂ ਐਂ ਕਰਦੀ ਹੈ, ਇਹਦੀ ਕੋਈ ਤੁੱਕ ਨਹੀਂ ਬਣ ਗਈ। ਜਦਕਿ ਹਕੀਕਤ ਆ ਜਿਹੜੀ ਉਹਦਾ ਸਾਹਮਣਾ ਕਰਨ ਨੂੰ ਅਸੀਂ ਤਿਆਰ ਬਰ ਤਿਆਰ ਹਾਂ। ਅਸੀਂ ਕਦੇ ਕੁਝ ਇਹੋ ਜਿਹਾ ਕੰਮ ਕੀਤਾ ਨੀਗਾ ਤੇ ਨਾ ਹੀ ਕਦੇ ਜ਼ਿੰਦਗੀ ਦੇ ਵਿੱਚ ਕਰਨਾ। ਇਹਨਾਂ ਲੋਕਾਂ ਦੇ ਕੋਲ ਕੋਈ ਹੋਰ ਮੁੱਦਾ ਹੈ ਨਹੀਂ ਜਿਹਦੇ ਕਰਕੇ ਲਗਾਤਾਰ ਇਹੋ ਜਿਹੀਆਂ ਗੱਲਾਂ ਕਰਕੇ ਡੰਗ ਟਪਾ ਰਹੇ ਹੈ ਜੀ। ਸਰ ਹੁਣ ਬਾਲੀਵੁੱਡ ਦੀ ਗੱਲ ਕਰ ਲੈਂਦੇ ਹਾਂ ਜੀ, ਵਿੱਕੀ ਕੌਸ਼ਲ ਤੇ ਕੈਟਰੀਨਾ ਕੈਫ ਦਾ ਵਿਆਹ ਹੋ ਗਿਆ। ਹਾਂ ਬਿਲਕੁਲ ਜੀ, ਕੈਟਰੀਨਾ ਕੈਫ ਤੇ ਵਿੱਕੀ ਕੌਸ਼ਲ ਪਿਛਲੇ ਕੁਝ ਸਮੇਂ ਤੋਂ ਸੰਪਰਕ ਦੇ ਵਿੱਚ ਸੀ ਤੇ ਦੋਵਾਂ ਦਾ ਵਿਆਹ ਜਿਹੜਾ ਜੋਧਪੁਰ ਦੇ ਸਵਾਈ ਮਾਨ ਸਿੰਘ ਖੇਤਰ ਦੇ ਵਿੱਚ ਹੋਇਆ ਤੇ ਹਿੰਦੂ ਰੀਤੀ ਰਿਵਾਜਾਂ ਦੇ ਮੁਤਾਬਕ ਹੋਇਆ। ਦੋਵਾਂ ਦੇ ਵਿਆਹ ਦੇ ਕਾਰਡਾਂ ਦੇ ਉੱਤੇ ਵੀ ਤੇ ਵੈਸੇ ਬਾਕੀ ਸੱਦਾ ਪੱਤਰ ਦੇ ਉੱਤੇ ਵੀ ਇਹ ਗੱਲ ਲਿਖੀ ਸੀ ਵੀ ਕਿਰਪਾ ਕਰਕੇ ਆਪਣੇ ਜਿਹੜੇ ਮੋਬਾਈਲ ਫੋਨ ਆ ਉਹ ਆਪਣੇ ਕਮਰਿਆਂ ਦੇ ਵਿੱਚ ਰੱਖ ਕੇ ਆਇਓ, ਕੋਈ ਵੀ ਮਹਿਮਾਨ ਆਪਣਾ ਮੋਬਾਈਲ ਨਾ ਲੈ ਕੇ ਆਵੇ ਤਾਂ ਜੋ ਸੋਸ਼ਲ ਮੀਡੀਆ ਦੇ ਉੱਤੇ ਵਿਆਹ ਦੀ ਕੋਈ ਵੀ ਫੋਟੋਗ੍ਰਾਫ ਨਾ ਪੈ ਸਕੇ। ਇਹ ਵਧੀਆ ਗੱਲ ਆ, ਬੜੇ ਲੋਕ ਸਿਰਫ ਫੋਟੋਗ੍ਰਾਫ ਕਹਿੰਦੇ ਨਹੀਂ ਆਉਂਦੇ ਹੁੰਦੇ ਆ, ਮੈਂ ਹੈਰਾਨ ਆ ਬਾਹਰ ਮੀਡੀਆ ਕਿਵੇਂ ਖੜਾ, ਜਿਹੜੇ ਪੈਲਸ ਦੇ ਵਿੱਚ ਜਿਹੜੇ ਕਿਹੜੇ ਨਵਾਂ ਪੈਲਸ ਦੇ ਵਿੱਚ ਵਿਆਹ ਹੋ ਰਿਹਾ ਉੱਥੇ ਮੀਡੀਆ ਬਾਹਰ ਕਿਉਂ ਖੜਾ, ਤੇ ਜਿਵੇਂ ਦੁਨੀਆਂ ਦੀ ਸਭ ਤੋਂ ਵੱਡੀ ਘਟਨਾ ਹੀ ਇਹ ਆ। ਹਾਲਾਂਕਿ ਇਹ ਕਿਸੇ ਦਾ ਨਿੱਜੀ ਫੈਸਲਾ, ਉਹ ਬੰਦੇ ਤੁਹਾਡੇ ਕੋਲੋਂ ਫੋਟੋ ਨਹੀਂ ਕਰਵਾਉਣੀ ਚਾਹੁੰਦੇ, ਆਪਾਂ ਜਾਂਦੇ ਕਿਉਂ ਸਰ,
ਪਰ ਉੱਥੇ ਮੀਡੀਆ ਦੇ ਵੱਲੋਂ ਜਿਹੜੀ ਖਿੱਚ ਵਿਖਾਈ ਗਈ ਉਹ ਵੀ ਸਾਡੀ ਗੱਲ ਕਾ। ਸੋ ਇਹ ਜਿਹੜੀ ਕੈਟਰੀਨਾ ਕੈਫ ਆ ਤੇ ਵਿੱਕੀ ਕੌਸ਼ਲ ਦਾ ਵਿਆਹ, ਕਿਉਂਕਿ ਦੋ ਸੈਲੀਬ੍ਰਿਟੀ ਆ, ਦੋ ਫਿਲਮੀ ਅਦਾਕਾਰ ਆ, ਇਸ ਕਰਕੇ ਵੱਧ ਲੋਕਾਂ ਦੀਆਂ ਨਜ਼ਰਾਂ ਟਿੱਕੀਆਂ, ਪਰ ਉਹਨਾਂ ਦੋਹਾਂ ਦਾ ਵਿਆਹ ਹੋ ਗਿਆ ਤੇ ਲੰਘੇ ਕੱਲ ਹੋਇਆ ਜੀ। ਜੀ ਸੋ ਖੈਰ ਅੱਜ ਦੇ ਲਈ ਇੰਨੇ ਹੀ ਸਰ, ਆਪਾਂ ਫਿਰ ਵਿਚਾਰਾਂ ਦੀ ਸਾਂਝ ਪਾਵਾਂਗੇ। ਬਹੁਤ ਬਹੁਤ ਸ਼ੁਕਰੀਆ, ਮਿਹਰਬਾਨੀ।